ਪੁਰਾਣੇ ਜ਼ਮਾਨੇ ਵਿੱਚ ਦੁਨੀਆਂ ਦੇ ਲੋਕ ਬਹੁ ਬੜੇ ਹੋ ਗਏ, ਖੁਦਾ ਆਖਿਆ ਕਿ ਇਤਨੇ ਬੁੱਢੇ ਹੋ ਗਏ ਕਿ ਮੁੱਖ ਉਹਨਾਂ ਨੂੰ ਬਰਬਾਦ ਕਰਨਾ ਪਿਆ। ਉਹਨਾਂ ਵਿੱਚ ਸਿਰਫ ਇੱਕ ਹੀ ਆਦਮੀ ਖੁਦਾ ਦਾ ਹੁਕਮ ਮੰਨਣ ਵਾਲਾ ਆ, ਜਿਸ ਦਾ ਨਾਂ ਨੂਹ ਆ। ਖੁਦਾ ਸਾਨੂੰ ਨੂਹ ਆਖਿਆ ਲੋਕਾਂ ਵਿੱਚ ਡੰਡੋਰਾ ਕਰ ਦੇ, ਉਹਨਾਂ ਦੱਸ ਕਿ ਮੈਂ ਲੋਕਾਂ ਕੀ ਸਖ਼ਤ ਸਜ਼ਾ ਦੇ ਸਾਂ ਅਤੇ ਉਹਨਾਂ ਦੇ ਬੁਰੇ ਕੰਮਾਂ ਦੇ ਬਦਲੇ ਉਹਨਾਂ ਉੱਤੇ ਬੜਾ ਤੂਫਾਨ ਸੁੱਟ ਸਾਂ। ਉਹਨਾਂ ਕੋ ਦੱਸ ਕੇ ਤੌਬਾ ਕਰੋ ਅਤੇ ਬੁਰੇ ਕੰਮਾਂ ਦੀ ਬਾਜ਼ ਆ ਜਲੋ। ਫਿਰ ਖੁਦਾ ਨੂੰ ਆਖਿਆ ਇੱਕ ਬੜੀ ਕਿਸ਼ਤੀ ਤਿਆਰ ਕਰ, ਜਦੋਂ ਤੂਫਾਨ ਆਵੇ ਤਾਂ ਤੂੰ ਔਰ ਤੇਰੇ ਘਰ ਵਾਲੇ ਇਸ ਵਿੱਚ ਬਹਿ ਰਹਿਣ ਅਤੇ ਵਿੱਚ ਚੁਲਣ। ਨੂਹ ਸੁਣ ਕਿਸ਼ਤੀ ਬਣਾਉਣੀ ਸ਼ੁਰੂ ਕੀਤੀ ਅਤੇ ਹਰ ਵੇਲੇ ਉਹ ਤੂਫਾਨ ਦੇ ਬਾਰੇ ਵਿੱਚ ਲੋਕਾਂ ਨੂੰ ਵੀ ਸਮਝਾਉਂਦਾ ਰਿਹਾ ਅਤੇ ਲੋਕ ਨੂੰ ਉੱਤੇ ਹੱਸਦੇ ਅਤੇ ਮਾਹੌਲ ਕਰਦੇ ਰਹੇ। ਆਪਣੇ ਬੁਰੇ ਕੰਮਾਂ ਵਿੱਚ ਲੱਗੇ ਰਹੇ ਅਤੇ ਤੌਬਾ ਨਾ ਕੀਤੀ ਤਾਂ ਕਿ ਉਹ ਵੇਲਾ ਆ ਗਿਆ। ਖੁਦਾ ਸੁਣ ਨੂਹ ਕੋ ਆਖਿਆ ਕਿ ਤੂੰ ਤੇਰੇ ਘਰ ਵਾਲੇ ਨਾਲ ਇੱਕ ਇੱਕ ਜੋੜਾ ਹਰ ਜਾਨਵਰ ਦਾ ਵੀ ਕਹਿਣ ਕੇ ਤੇ ਕਿਸ਼ਤੀ ਵਿੱਚ ਚੜ ਜਲੋ। ਓਹੋ, ਕਿਸ਼ਤੀ 'ਤੇ ਚੜ੍ਹਨੇ ਵੇਲੇ ਉਹਨਾਂ ਨੇ ਐਸਾ ਸ਼ੋਰ ਕੀਤਾ ਤੇ ਖੁਦਾ ਸੁਣ ਦਰਵਾਜ਼ਾ ਬੰਦ ਕਰ ਦਿੱਤਾ। ਫਿਰ ਜ਼ੋਰ ਸ਼ੋਰ ਦੀ ਬਾਰਿਸ਼ ਭਰਨੀ ਸ਼ੁਰੂ ਹੋਈ। ਲੋਕਾਂ ਸੁਣ ਜਮ੍ਹਾਂ ਹੋ ਕੇ ਕਿਸ਼ਤੀ ਦਾ ਦਰਵਾਜ਼ਾ ਖੜਖੜਾਇਆ ਤੇ ਠੰਡ ਕੀਤੀ ਪਰ ਨੂਹ ਨੇ ਜਵਾਬ ਦਿੱਤਾ ਹੁਣ ਵੇਲਾ ਗੱਚ ਰਿਹਾ। ਖੁਦਾ ਨੇ ਦਰਵਾਜ਼ਾ ਬੰਦ ਕਰ ਦਿੱਤਾ ਤੇ ਇਤਨੀ ਬਾਰਿਸ਼ ਭਰੀ ਕਿ ਸਾਰੀ ਦੁਨੀਆ ਪਾਣੀ ਹੀ ਪਾਣੀ ਹੋ ਗਈ। ਉਸ ਪਾਣੀ ਵਿੱਚ ਕੋਈ ਸ਼ੈ ਨਜ਼ਰ ਨਾ ਆਉਣ ਲੱਗੀ ਤੇ ਸਾਰੇ ਬੁੜੇ ਲੋਕ ਇਸ ਪਾਣੀ ਵਿੱਚ ਡੱਬ ਕੇ ਮਰ ਗਏ ਤੇ ਨੂਹ ਤੇ ਉਸਦੇ ਘਰ ਵਾਲੇ ਬਿਲਕੁਲ ਬਚ ਰਹੇ। ਹੁਣ ਵੀ ਦੁਨੀਆਂ ਦੇ ਬਹੁਤ ਸਾਰੇ ਲੋਕ ਬੁੜੇ ਹੋ ਗਏ ਹੈ, ਇਹ ਚੋਰੀ ਕਰਦੇ ਤੇ ਝੂਠ ਬੋਲਦੇ, ਜੂਆ ਖੇਡਦੇ ਤੇ ਇੱਕ ਦੂਸਰੇ ਨਾਲ ਧੋਖਾ ਦੇਣ ਤੇ ਉਹਨਾਂ ਦੇ ਗੁਨਾਹ ਸੁਣ ਉਹਨਾਂ ਲੋਕਾਂ ਕੋ ਖੁਦਾ ਕੋਲੋਂ ਅਲੱਗ ਵੱਖਰੀ ਕਰ ਦਿੱਤਾ ਹੈ। ਖੁਦਾ ਉਹਨਾਂ ਬੁਲਾਉਂਦਾ ਹੈ ਕਿ ਤੌਬਾ ਕਰੋ, ਮੇਰੇ ਨੇੜੇ ਆ ਜਲੋ ਤਾਂ ਕਿ ਤੁਸੀਂ ਅਜ਼ਾਬ ਕੋਲੋਂ ਬਚ ਰਹੋ। ਪਰ ਬਹੁਤ ਸਾਰੇ ਲੋਕ ਨਹੀਂ ਸੁਣਦੇ। ਖੁਦਾ ਪਾਕ ਹੈ ਅਸਾਂ ਦੇ ਗੁਨਾਹ ਦੀ, ਉਹ ਅਸਾਂ ਕੋ ਸਜ਼ਾ ਦੇ ਸੀ ਤੇ ਨੂਹ ਕੋਲੋਂ ਬਾਅਦ ਹੁਣ ਫਿਰ ਦੂਜੀ ਅਦਾਲਤ ਆਉਣ ਵਾਲੀ ਹੈ ਜਿਹੜੀ ਪਹਿਲੇ ਤੂਫਾਨ ਕੋਲੋਂ ਵੀ ਸਖ਼ਤ ਹੋ ਸੀ। ਮਰਨੇ ਦੇ ਬਾਅਦ ਮੇਰੇ ਲੋਕ ਦੋਸਤਾਂ ਵਿੱਚ ਦਾਖਲ ਹੋ ਸਨ, ਪਰ ਖੁਦਾ ਅਸਾਂ ਮੁਹੱਬਤ ਰੱਖਦਾ ਹੈ ਤੇ ਉਸ ਹੁਣ ਅਸਾਡੇ ਵਾਸਤੇ ਕਫਾਰਾ ਤਿਆਰ ਕੀਤਾ ਹੈ। ਉਹ ਆਪ ਦੁਨੀਆਂ ਵਿੱਚ ਆਇਆ ਤੇ ਉਸਨੇ ਆਪਣਾ ਜਿਸਮ ਆਦਮੀ ਦੀ ਸੂਰਤ ਵਿੱਚ ਬਣਾਇਆ। ਇਸ ਦਾ ਨਾਂ ਯਸੂ ਮਸੀਹ ਹੈ ਤੇ ਅਸਾਂ ਵਾਸਤੇ ਆਪਣੀ ਜਾਨ ਦੇ ਕੇ ਉਸ ਹੁਣ ਅਸਾਂ ਦੀ ਸਜ਼ਾ ਆਪ ਭੁਗਤੀ। ਉਸ ਹੁਣ ਅਸਾਂ ਵਾਸਤੇ ਦਰਵਾਜ਼ਾ ਖੋਲਿਆ ਤਾਂ ਕਿ ਅਸੀਂ ਖੁਦਾ ਦੇ ਕੋਲ ਵਾਪਸ ਜੁਲਦੇ ਰਹਾਂ, ਇਸ ਦੇ ਜ਼ਰੀਏ ਅਸਾਂ ਵਾਸਤੇ ਸਲਾਮਤੀ ਹੋਵੇ। ਨੂਹ ਦੇ ਘਰ ਵਾਲੇ ਕਿਸ਼ਤੀ ਦੇ ਦਰਵਾਜ਼ਾ ਖੋਲਣ, ਅੰਦਰ ਜੁਲ ਕੇ ਮਹਿਫੂਜ਼ ਹੋ ਗਏ। ਇਸੀ ਤਰ੍ਹਾਂ ਅਸਾਂ ਵਾਸਤੇ ਯਸੂ ਮਸੀਹ ਸਲਾਮਤੀ ਦਾ ਦਰਵਾਜ਼ਾ ਹੈ। ਅੱਜ ਇਸ ਦਰਵਾਜ਼ੇ ਵਿੱਚ ਦਾਖਲ ਹੋ ਜਲੋ, ਖੁਦਾ ਦੇ ਬੁਲਾਣੇ ਤੇ ਇਨਕਾਰ ਨਾ ਕਰੋ, ਯਸੂ ਪਰ ਈਮਾਨ ਰੱਖੋ ਤੇ ਗੁਨਾਹ ਕੋਲੋਂ ਤੌਬਾ ਕਰੋ। ਉਸ ਦੇ ਸਾਹਮਣੇ ਤੁਸੀਂ ਸਾਰੇ ਇਕਰਾਰ ਕਰੋ ਤੇ ਆਪਣੀ ਬੁਰੀ ਰਾਹ ਕੋਲੋਂ ਮੁੜ ਜਲੋ। ਖੁਦਾ ਕੋ ਆਖੋ, ਏ ਖੁਦਾ, ਮੈਂ ਮੁਝ ਸਾਰੇ ਗੁਨਾਹ ਕੀਤੇ ਹੈ, ਮੁਕੋ ਮਾਫ ਕਰ, ਮੈਂ ਇਸ ਬੜੀ ਅਦਾਲਤ ਕੋਲੋਂ ਬਚਾਂ, ਮੈਂ ਯਸੂ ਪਰ ਈਮਾਨ ਰੱਖਦਾ, ਮੈਂ ਉਸਦਾ ਹੁਕਮ ਹਰ ਹੁਕਮ ਮੰਨਸਾਂ। ਜਦੋਂ ਤੁਸੀਂ ਸੱਚੇ ਦਿਲ ਨਾਲ ਉਸ ਨਾਲ ਇਹ ਗੱਲ ਕਰਦੇ ਸੋ ਤਾਂ ਫਿਰ ਹਮੇਸ਼ਾ ਦੀ ਪਾਬੰਦੀ ਕਰੋ ਤਾਂ ਤੁਸੀਂ ਉਸ ਅਦਾਲਤ ਕੋਲੋਂ ਜਿਹੜੀ ਮਰਨੇ ਦੇ ਬਾਅਦ ਪਿੱਛੇ ਹੋ ਸੀ ਬਚ ਜਾ।